ਚੱਲ। ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਵੇਖ ਰਹੇ ਸਮਾਰਟ ਟੀ ਵੀ, ਅਤੇ ਮੈਂ ਤੁਹਾਡਾ ਦੋਸਤ ਮਨਜ਼ੂਰ ਅਹਿਮਦ। ਦੋਸਤੋ, ਪਹਿਲਾਂ ਜੁੱਟੀ ਹੈ, ਇਹ ਸੇਲ ਕੀਤੀ ਹੈ ਅਸ਼ਰਫ ਸਾਹਿਬ ਐਂਡ ਸਿਆਲਕੋਟ ਤੋਂ, ਉਹਨਾਂ ਨੂੰ ਸੇਲ ਕੀਤੀ ਹੈ। ਇਹਦੇ ਵਿੱਚ ਅਸੀਂ ਮਾਲਕ ਦਾ ਨੰਬਰ ਦਿੱਤਾ ਸੀ, ਉਹਨਾਂ ਨੇ ਖੁਦ ਡਾਇਰੈਕਟ ਡੀਲ ਕੀਤੀ ਹੈ ਮਾਲਕ ਦੇ ਨਾਲ। ਮਾਸ਼ਾਅੱਲਾ, ਖੂਬਸੂਰਤ ਜੁੱਟੀ ਹੈ, ਅਸੀਂ ਚੜਾ ਰਹੇ ਹਾਂ ਉਹਨਾਂ ਨੂੰ, ਵੇਚ ਰਹੇ। ਅੱਲਾਹ ਪਾਕ ਉਹਨਾਂ ਦੇ ਨਸੀਬਾਂ 'ਚ ਕਰੇ, ਅੱਲਾਹ ਪਾਕ ਖੈਰ ਸਲਾਮਤ ਲੈ ਕੇ ਜਾਵੇ ਜੀ। ਇਹ ਜਗ੍ਹਾ ਬਾਈ ਜਾਨ ਉੱਚੀ, ਇੱਥੋਂ ਨਹੀਂ ਚੜ੍ਹਨ। ਅਸ਼ਰਫ ਸਾਹਿਬ, ਤੁਸੀਂ ਖੁਦ ਬਕਾਇਦਾ ਵੇਖ ਸਕਦੇ ਹੋ ਜੀ, ਇਹ ਜੋਟੀ ਨੂੰ ਪਾਸ ਕਰ ਰਿਹਾ ਜੀ। ਪਾਸ ਹੋਵੇ ਤਾਂ ਇੱਥੋਂ ਬਾਈ ਜੀ, ਤੁਸੀਂ ਜੋਟੀ ਮੇਰੀ ਚੜਾਵਣੀ, ਨਾ ਹੋਵੇ ਤਾਂ ਨਹੀਂ ਚੜਾਵਣੀ। ਨਹੀਂ ਨਹੀਂ, ਪਹਿਲੇ ਵੀ ਕੀਤੀ ਹੈ ਤੇ ਫਿਰ ਵੀ ਹੈ, ਮਜ਼ੀਦ ਤਸੱਲੀ ਵਾਸਤੇ ਜੀ। ਦੋ ਥਾਂ ਹੋ ਗਏ ਜੀ, ਇਹ ਜੀ ਤੀਸਰਾ ਥਾਂ ਹੈ, ਠੀਕ ਹੋ ਗਿਆ ਜੀ। ਇਹ ਜੀ ਚੌਥਾ ਥਾਂ ਹੈ, ਤੁਹਾਨੂੰ ਮੁਕੰਮਲ ਗਰੰਟੀ ਦੇ ਨਾਲ ਅਸ਼ਰਫ ਸਾਹਿਬ ਤੁਸੀਂ ਖੁਦ ਵੇਖ ਰਹੇ ਹੋ, ਬਾਕੀ ਦੋਸਤ ਵੀ ਵੇਖ ਰਹੇ ਹੋ। ਜੋਟੀ ਵਿਖਾ ਦੇਵੋ ਜੀ ਇੱਕ ਵਾਰੀ ਨਾ, ਚੰਗੀ ਤਰ੍ਹਾਂ। ਚਲੋ, ਅਸ਼ਰਫ ਸਾਹਿਬ ਦੀ ਤਸੱਲੀ ਵਾਸਤੇ ਨੇ ਇਹਨੂੰ ਮਜ਼ੀਦ ਪਾਸ ਕਰ ਲਈ, ਅਸੀਂ ਤੇ ਕੀਤੀ ਸੀ ਤੇ ਬਿਆਨਾ ਜਿਹੜਾ ਨਾ ਉਹਨਾਂ ਨੇ ਖੁਦ ਦੱਸ ਰਿਹਾ। ਬ੍ਰੇਕ ਲਾਵੋ, ਜਗ੍ਹਾ ਥੋੜ੍ਹਾ ਸਹੀ ਨਾ, ਜਗ੍ਹਾ ਨਹੀਂ ਆਏਗੀ ਤੇ ਥੋੜ੍ਹੀ ਜਿਹੀ ਦੂਸਰੀ ਜਗ੍ਹਾ ਤੇ ਇਹਨੂੰ ਜਾ ਕੇ ਪਾਣੀ। ਉੱਥੇ ਦੂਸਰੀ ਜਗ੍ਹਾ ਤੇ ਪਾਉਣ ਲੱਗੇ ਸੀ, ਲੇਕਿਨ ਜਗ੍ਹਾ ਨਹੀਂ ਠੀਕ ਸੀ। ਮੈਂ ਕਿਹਾ ਜੋਟੀ ਤੰਗ ਨਾ ਹੋਵੇ, ਤਾਂ ਹੁਣ ਜੋਟੀ ਪਹਿਲੇ ਮੈਂ ਚਲਾ ਵੇਖ ਲਵੋ, ਫਿਰ ਤੁਹਾਨੂੰ ਦੱਸਣੇ ਆ ਕੇ ਦੂਸਰੀ ਗੱਲ ਕਰਨੀ। ਜਗ੍ਹਾ ਨਹੀਂ ਠੀਕ ਹੈ, ਹੁਣ ਕੀ ਮਸਲਾ ਨਾ ਮਾਰ ਆਸੇ ਥੋੜਾ ਅਗਲਾ ਪੈਰ ਪੁੱਟ ਪਰ ਪਕੜ। ਅਸੇ ਥੋੜਾ ਪੈਰ ਪੁੱਟਣਾ ਹੈ ਪੈਰ ਬਾਈ, ਹੋਰਾਂ ਤੁਸੀਂ ਆਉਣਾ ਹੈ ਸਰ, ਪੈਰ ਥੋੜਾ ਜਗ ਲਿਆ ਗਏ ਤੇ ਪੁੱਟਾ ਹੈ ਰਸਾ, ਕੋ ਛੋਟਾ ਜਿਹਾ ਰਸਾ ਹੈ ਤੁਹਾਡੇ ਕੋਲ? ਚਲ ਅਗਲੇ ਥੋੜਾ ਜਿਹਾ ਨਾ ਪੈਰ ਲੈਣਾ, ਚਲ ਆਸਰਾ ਕਰ ਮਗਰ ਆਪੀ ਜੀ, ਚਲ ਕਰਨਾ। ਛੁੱਟੇ ਪਹਿਲੇ ਅਸਲ ਤੇ ਕਦੀ ਛੜੀ ਨਹੀਂ ਮੇਰੇ ਕੋਲ, ਜਗ੍ਹਾ ਹੀ ਫੁੱਲ ਗਈ ਹੈ ਯਾਰ। ਮੁੜ ਗਈ, ਬਸ ਧੱਕਾ ਲਾ ਗਈ ਫਿਰ। ਮਨਸੂਰ ਪੈਰ ਪੱਟੀ ਹੁੰਦਾ ਥੋੜ੍ਹਾ ਜਿਹਾ, ਅਸਰ ਕਰੀ ਅਗਲਾ ਪੈਰ ਪੱਟੀ, ਪੈਰ ਪਚਵਾ ਉਸ ਤੋਂ। ਕੰਨ
ਅਤੇ ਇਹ ਸਾਡੇ ਅਸ਼ਰਫ ਸਾਹਿਬ ਤੁਹਾਨੂੰ ਪਹਿਲੇ ਵੀ ਦੱਸਿਆ, ਉਹਨਾਂ ਨੇ ਜੋਟੀ ਇਹ ਖੁਦ ਖਰੀਦੀ ਹੈ। ਅਸੀਂ ਮਾਲਕ ਦਾ ਨੰਬਰ ਦਿੱਤਾ ਆਸਫ ਬਾਈ, ਆਸਫ ਬਾਈ ਆਓ। ਉਹਨਾਂ ਨੇ ਮਾਲਕ ਦਾ ਅਸੀਂ ਨੰਬਰ ਦਿੱਤਾ, ਇਹਦੇ ਵਿੱਚ ਅਸ਼ਰਫ ਸਾਹਿਬ ਨੇ ਖੁਦ ਖਰੀਦੀ ਹੈ ਜੋਟੀ, ਉਹਨਾਂ ਨੇ ਖੁਦ ਹੀ ਇਹਨਾਂ ਦਾ ਮਤਲਬ ਕਿ ਉਹਨਾਂ ਨਾਲ ਮੁੱਖ ਮੁਕਾ ਕੀਤਾ। ਆ ਬਾਈ ਹੋਰੀ ਖੋਤੇ ਨੇ ਉਹਨਾਂ ਨੂੰ ਅਸੀਂ ਬੁਲਾਉਂਦੇ ਹਾਂ ਤੁਹਾਡੇ ਕੋਲ, ਉਹ ਵੀ ਦੱਸੇ ਸਨਗੇ ਵੀ ਜਿਸ ਤਰ੍ਹਾਂ ਦਾ ਗਵਾਂਡਾ ਨਾਲ ਅਸ਼ਰਫ ਸਾਹਿਬ ਉਹਨਾਂ ਨਾਲ ਗੱਲ ਹੋਈ ਹੈ, ਉਹਨਾਂ ਖੁਦ ਹੀ ਉਹਨਾਂ ਨਾਲ ਗੱਲ ਕੀਤੀ ਨੰਬਰ 'ਤੇ, ਖੁਦ ਹੀ ਉਹਨਾਂ ਦੀ ਡੀਲ ਹੋਈ ਆਪਸ ਵਿੱਚ। ਇਹ ਉਹਨਾਂ ਨੇ ਸਾਡੇ ਅਕਾਊਂਟ ਦੇ ਵਿੱਚ ਸਾਡੇ ਇਤਮਾਦ 'ਤੇ ਫਿਰ ਵੀ ਮੁੱਖ ਮੁਕਾ ਸਿੱਧਾ ਸਾਹਮਣਾ ਕਰਕੇ ਸਾਡੇ ਅਕਾਊਂਟ ਦੇ ਵਿੱਚ ਤੁਹਾਡੇ ਨਾਲ ਉਹਨਾਂ ਦੀ ਮਾਲਕਾਂ ਦੀ ਡਾਇਰੈਕਟ ਗੱਲ ਹੋਈ, ਡਾਇਰੈਕਟ ਗੱਲ ਹੋਈ, ਡਾਇਰੈਕਟ ਤੁਸੀਂ ਮੁਕਾਈ ਹੈ। ਅਸਾਂ ਕੋ ਤੁਹਾਡੇ ਕੋਲ ਕਮਿਸ਼ਨ ਲਿਆ ਹੋਵੇ? ਨਹੀਂ, ਕੋਈ ਸ਼ਾਇ ਨਹੀਂ, ਕੋਈ ਸ਼ਾਇ ਨਹੀਂ ਲਈ, ਡਾਇਰੈਕਟ ਮੁਕਾ ਉਤਨੇ ਪੈਸੇ ਤੁਸੀਂ ਲੈਣੇ। ਚਲੋ ਠੀਕ ਹੈ ਦੋਸਤ, ਜੀ ਅਸ਼ਰਫ ਸਾਹਿਬ ਨੇ ਸਾਡੇ ਅਕਾਊਂਟ 'ਚ ਪੈਸੇ ਭੇਜੇ ਨੇ, ਅਸੀਂ ਬਾਈਰਾਂ ਕੋਲ ਆਇਆ, ਅਸੀਂ ਇਹਨਾਂ ਨੂੰ ਪੈਸੇ ਦਿੱਤੇ ਨੇ, ਅਤੇ ਇਹ ਅਸ਼ਰਫ ਸਾਹਿਬ ਦੀ ਮਿਹਰਬਾਨੀ ਸਾਡੇ ਇਤਮਾਦ 'ਤੇ ਉਹਨਾਂ ਨੇ ਗੱਲੇ ਨੇ। ਉਹਨਾਂ ਨੇ ਸਾਨੂੰ ਆਪਣੀ ਖੁਸ਼ੀ ਦੀ ਖੁਸ਼ੀ ਕਰਕੇ ਉਹਨਾਂ ਨੇ 5,000 ਰੁਪਇਆ ਸਾਨੂੰ ਇਨਾਮ ਦਿੱਤਾ। ਅਸੀਂ ਜੀ ਪਾਸ ਕਰਾਈਏ, ਅਤੇ ਇਹ ਤੁਹਾਡੇ ਸਾਹਮਣੇ ਜੋਟੀ ਹੈ, ਡਾਲਾ ਜੋਟੀ ਕੈਮਰਾਮੈਨ ਵਿਖਾ ਦੇਵੋ। ਇਹ ਜੀ ਡਰਾਈਵਰ ਹਨ ਬਾਈ ਹੋਰੀ, ਇਹ ਜੋਟੀ ਤੁਹਾਡੇ ਸਾਹਮਣੇ ਜੀ ਲੋਡ ਕਰ ਦਿੱਤੀ ਹੈ। ਇਹ ਡਾਲਾ ਤੁਸੀਂ ਖੁਦ ਵੇਖ ਲਓ, ਨੰਬਰ ਵਿਖਾ ਦਿੰਦੇ ਹਾਂ ਜੀ। ਇਹ ਜੀ FDS 2899 ਡਾਲੇ ਦਾ ਨੰਬਰ ਹੈ ਦੋਸਤੋ। ਅੱਲਾ ਪਾਕ ਖੈਰੋ ਸਲਾਮਤ ਲੈ ਜਾਵੇ ਜੀ, ਖੈਰੋ ਸਲਾਮਤ ਇਹਨਾਂ ਨੂੰ ਇਹਨਾਂ ਦੇ ਨਸੀਬ ਵਿੱਚ ਕਰੇ। ਆਸਫ ਸਾਹਿਬ ਕੁਛ ਬੋਲੋ। ਤੁਹਾਨੂੰ ਚੀਜ਼ ਅਸੀਂ ਵਾਜ਼ਿਆ ਕਰਨਾ ਚਾਹੁੰਦੇ ਹਾਂ ਕਿ ਮਾਲਕਾਂ ਨਾਲ ਖੁਦ ਡੀਲ ਹੋਈ ਹੈ ਨਾ, ਅਤੇ ਸਾਨੂੰ ਇਸ ਦਾ ਕੋਈ ਪਰੇਸ਼ਾਨੀ ਨਹੀਂ ਹੈ, ਨੰਬਰ ਦੇਣ ਨਾਲ ਹੋਈ ਹੈ, ਔਰ ਅਲਹਮਦੁਲਿਲਾ ਸਾਡਾ ਰੋਜ਼ੀ ਪਾਣੀ ਜੋ ਵੀ ਹੈ ਮੁਕੱਦਰਾਂ ਨਸੀਬਾਂ 'ਚ ਸਾਨੂੰ ਲੱਭ ਗਿਆ। ਇਹਦੇ ਵਿੱਚ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੋਈ, ਸਾਡੇ ਦੋਸਤ ਵੀ ਇਸ ਚੀਜ਼ ਤੋਂ ਖੁਸ਼ ਹੋਣਗੇ ਕਿ ਯਾਰ ਚਲੋ ਜੀ ਉਹਨਾਂ ਨੇ ਨੰਬਰ ਦਿੱਤਾ ਅਤੇ ਅਸੀਂ ਖੁਦ ਮੁਕਾਇਆ ਜੀ। ਔਰ ਅਸ਼ਰਫ ਸਾਹਿਬ ਮਾਸ਼ਾਅੱਲਾ ਬਹੁਤ ਹੀ ਸਾਡੇ 'ਤੇ ਖੁਸ਼ ਹਨ, ਔਰ ਉਹਨਾਂ ਫੋਨ ਕਰਕੇ ਮੁਬਾਰਕ ਵੀ ਦਿੱਤੀ, ਅਲਹਮਦੁਲਿਲਾ ਜੀ ਮੈਨੂੰ ਪਸੰਦ ਵੀ ਹੈ, ਦੋ ਜੋਟੀਆਂ, ਇੱਕ ਦੂਸਰੀ ਲੋਕ ਅਸਾਂ ਕਰਨੀ ਅੱਗੇ ਜਾ ਕੇ। ਹਾਂਜੀ, ਉਹਦੀ ਵੀ ਇਨਸ਼ਾਅੱਲਾ ਵੀਡੀਓ ਵਿੱਚ ਪਾਵਾਂਗੇ, ਅਗਰ ਸ਼ਾਮ ਨਾ ਹੋ ਗਈ ਤਾਂ, ਅਗਰ ਹੋਇਆ ਮਤਲਬ ਟਾਈਮ ਤਾਂ ਜ਼ਰੂਰ ਇਨਸ਼ਾਅੱਲਾ ਉਹਦੀ ਵੀ ਨਾਲ ਹੀ ਵੀਡੀਓ ਤੁਹਾਨੂੰ ਦਿਖਾਵਾਂਗੇ। ਅਤੇ ਅਸੀਂ ਬਹੁਤ ਹੀ ਸ਼ੁਕਰ ਗੁਜ਼ਾਰ ਹਾਂ ਅਸ਼ਰਫ ਸਾਹਿਬ ਦੇ, ਉਹਨਾਂ ਨੇ ਸਾਡੇ 'ਤੇ ਯਕੀਨ ਕੀਤਾ, ਉਹਨਾਂ ਨੇ ਸਾਡੇ 'ਤੇ ਇਤਮਾਦ ਕਰਕੇ ਸਾਨੂੰ ਖੁਦ ਪੈਸੇ ਭੇਜਣ ਅਤੇ ਅਸੀਂ ਇਹ ਲੋਡ ਕਰਾਈਏ। ਔਰ ਇਨਸ਼ਾਅੱਲਾ ਦੋਸਤੋ ਸਾਡੇ ਚੈਨਲ ਦਾ ਨਾਮ ਹੀ ਇਤਮਾਦ ਹੈ, ਔਰ ਇਨਸ਼ਾਅੱਲਾ ਅਸੀਂ ਇਤਮਾਦ ਬਣਾਵਾਂਗੇ। ਇਨਸ਼ਾਅੱਲਾ ਜੀ, ਕੋਈ ਵੀ ਦੋਸਤ ਅਗਰ ਸਾਡੇ ਚੈਨਲ 'ਤੇ ਕੋਈ ਪਸੰਦ ਕਰਦਾ, ਡਾਇਰੈਕਟ ਮਾਲਕਾਂ ਦੇ ਨੰਬਰ ਵਿੱਚ ਦਿੱਤੇ ਗਏ ਵੀਡੀਓ ਦੇ, ਉਹਨਾਂ ਨਾਲ ਰਾਬਤਾ ਕਰ ਸਕਦੇ ਹੋ, ਸਾਡੇ ਨਾਲ ਕਰ ਸਕਦੇ ਹੋ, ਔਰ ਇਨਸ਼ਾਅੱਲਾ ਪਿਆਰ ਮੁਹੱਬਤ ਨਾਲ ਦੋਸਤਾਂ ਦੀ ਮਰਜ਼ੀ ਦੇ ਮੁਤਾਬਕ ਇਨਸ਼ਾਅੱਲਾ ਚੱਲਾਂਗੇ। ਤੇ ਜੋ ਵੀ ਸਾਡੀ ਕੋਈ ਡਿਮਾਂਡ ਨੇ, ਕੋਈ ਕੁਛ ਨਹੀਂ, ਮਾਲਕਾਂ ਨੇ ਡਾਇਰੈਕਟ ਮੁਕਾ ਸਾਡਾ। ਦੂਸਰੇ ਚੈਨਲ ਵਾਲਿਆਂ ਨੂੰ ਵੀ ਇਹ ਰਿਕੁਐਸਟ ਹੈ ਕਿ ਬਾਈ ਤੁਸੀਂ ਨੰਬਰ ਦਿਓ ਮਾਲਕਾਂ ਦੇ, ਜਿਹੜੇ ਆਪਣੇ ਨਸੀਬ ਰਿਜ਼ਕ ਲਿਖਿਆ ਹੋਇਆ ਨਾ, ਜਿਹੜਾ ਸਾਡੇ ਨਸੀਬ ਰਿਜ਼ਕ ਲਿਖਿਆ ਹੋਇਆ ਅੱਲਾ ਪਾਕ ਜ਼ਰੂਰ ਦੇਵੇਗਾ। ਇਹਦੇ ਵਿੱਚ ਸਾਡੇ ਦੋਸਤਾਂ ਦਾ, ਸਾਡੇ ਸਬਸਕ੍ਰਾਈਬਰਾਂ ਦਾ ਕੋਈ ਪਰੇਸ਼ਾਨੀ ਨਹੀਂ ਰਹੇਗਾ ਕਿ ਉਹਨਾਂ ਦੇ ਦਿਲ 'ਚ ਨਾ ਜਾਵੇ ਕਿ ਸ਼ਾਇਦ ਯਾਰ ਇਹਨਾਂ ਨੇ ਸਾਡੇ ਨਾਲ ਬੇਈਮਾਨੀ ਕੀਤੀ, ਦੋ ਨੰਬਰੀ ਕੀਤੀ। ਨੰਬਰ ਦਿਓ, ਖੁਦ ਮੁਕਾਨ, ਖੁਦ ਪਾਸ ਕਰਨ, ਜੋ ਰੋਜ਼ੀ ਨਸੀਬ ਸਾਡੇ ਨਸੀਬੇ ਲਿਖੀ ਹੈ ਰੋਜ਼ੀ, ਉਹ ਸਾਨੂੰ ਮਿਲਣੀ ਮਿਲਣੀ। ਅਤੇ ਬਹੁਤ ਸ਼ੁਕਰੀਆ ਤੁਹਾਡਾ ਦੋਸਤਾਂ ਦਾ, ਤੁਸੀਂ ਵੀ ਸਾਡੇ 'ਤੇ ਯਕੀਨ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਰੋਜ਼ਾਨਾ ਦੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਮਿਲਾਂਗੇ ਦੋਸਤੋ ਅਗਲੀ ਵੀਡੀਓ ਤੱਕ, ਇਜਾਜ਼ਤ ਦਿਓ, ਖੁਦਾ ਹਾਫਿਜ਼। ਅਸਲਾਮੁਅਲੈਕੁਮ ਦੋਸਤੋ, ਅੱਗੇ ਤੁਹਾਨੂੰ ਦੱਸਿਆ ਗਿਆ ਹੁਣ ਤਾਂ ਕਾਫੀ ਹਨੇਰਾ ਖਲੋਤਾ,
ਤੇ ਦੂਸਰੀ ਜਿਹੜੀਆਂ ਨਾ ਜੋਟੀ ਵੀ ਅਸ਼ਰਫ ਸਾਹਿਬ ਐਨ ਸਿਆਲਕੋਟ ਤੋਂ ਉਹਨਾਂ ਨੇ ਖਰੀਦੀ, ਦੋਨੇ ਜੋਟੀਆਂ ਉਹਨਾਂ ਨੂੰ ਵੇਚ ਰਹੇ ਹਾਂ। ਦੇਖ ਲਵੋ ਇਹਦੀ ਅੱਗੇ ਵਿਖਾਈ ਹੈ ਜੀ, ਇਹ ਉਹ ਪਿਛਲੀ ਮੁਕੰਮਲ ਵੀਡੀਓ ਤੁਸੀਂ ਵੇਖੀ ਹੈ ਇਸ ਜੋਟੀ ਦੀ। ਅਤੇ ਇਹ ਜੀ ਹੁਣ ਇੱਥੋਂ ਅਗਲੇ ਪਿੰਡ 'ਚੋਂ ਪਈ ਹੈ ਜੀ, ਇਹਦਾ ਵੀ ਅਸ਼ਰਫ ਸਾਹਿਬ ਨੇ ਜਿਹੜਾ ਨਾ ਡੀਲ ਕੀਤੀ ਹੈ। ਅੱਲਾਹ ਪਾਕ ਖੈਰ ਸਲਾਮਤ ਦੋਵੇਂ ਜੋਟੀਆਂ ਉਹਨਾਂ ਨੂੰ ਪਹੁੰਚਾਵੇ, ਉਹਨਾਂ ਦੇ ਮੁਕੱਦਰਾਂ 'ਚ ਕਰੇ। ਵਿਖਾ ਦੇਵੋ ਜਨਾਬ ਇਹਦੇ ਨਾਲ ਅੱਗੇ ਥੋੜ੍ਹਾ ਜੁੱਤੂ ਕਰਕੇ ਵਿਖਾ ਦੇਵੋ ਜੋਟੀਆਂ ਦੋਨੇ। ਆ ਤਰਪਾਲ ਵਗੈਰਾ ਬਣ ਰਹੇ ਹਾਂ ਜੀ, ਅਤੇ ਅੱਲਾਹ ਪਾਕ ਖੈਰ ਸਲਾਮਤ ਲੈ ਜਾਵੇ ਜੀ। ਅਤੇ ਚਲੋ ਤਰਪਾਲ ਪਾ ਲੈਂਦੇ ਤਾਂ ਗੱਡੀ ਦਾ ਨੰਬਰ ਵਗੈਰਾ ਫਿਰ ਉਹ ਨਾਲ ਹੀ ਵਿਖਾ ਦੇਵੋ ਜੀ। ਗੱਡੀ ਦਾ ਨੰਬਰ ਵਿਖਾ ਦੇਵੋ, ਉਹੀ ਗੱਡੀ ਹੈ, ਉਹੀ ਸਾਰਾ ਕੁਛ ਹੈ। ਇੱਥੇ ਵਿਖਾ ਲੈਣਾ ਥੱਲੇ ਗੱਡੀ ਦਾ ਨੰਬਰ ਹੈ ਜੀ, 2899FDS। ਇਹ ਜੀ ਅੱਗੇ ਜੀ ਤੁਹਾਨੂੰ ਫਰੰਟ ਤੋਂ ਵਿਖਾਇਆ ਅਤੇ ਬੈਕ ਤੋਂ ਹੀ ਨਾ ਜੀ, ਲਾਡੋ ਰਾਣੀ ਬ੍ਰੇਕ ਇੱਕ ਮਿੰਟ ਲਾਓ, ਤਰਪਾਲ ਬਣ ਲਈ। ਅੱਛਾ ਦੋਸਤੋ, ਇਹ ਤੁਹਾਨੂੰ ਪਹਿਲੇ ਵਿਖਾ ਰਿਹਾ ਸੀ ਜੀ, ਤਰਪਾਲ ਬਣ ਰਹੇ। ਇਹ ਵੇਖ ਲਓ ਜੀ, ਦੋਵੇਂ ਚੋਟੀਆਂ ਲੱਦੀਆਂ ਖਲੋਤੀਆਂ ਨੇ ਮਸਲ ਅਤੇ ਜੀ ਪਹਿਲਾ ਵੀ ਨੰਬਰ। ਅੱਛਾ ਦੋਸਤੋ ਜੀ, ਰਾਤ ਹੋਈ ਖਲੋਤੀ ਹੈ, ਮੁਕੰਮਲ ਹੈ, ਤੁਹਾਨੂੰ ਵਿਖਾ ਦਿੱਤਾ ਜੀ, ਤੁਸੀਂ ਖੁਦ ਵੇਖ ਰਹੇ ਹੋ। ਮਾਸ਼ਾਅੱਲਾ ਲਾਡੋ ਰਾਣੀ ਸਾਡੇ ਕੋਲ, ਲਾਡੋ ਰਾਣੀ ਗੱਡੀ ਹੈ, ਉਹਦੇ ਵਿੱਚ ਤੁਹਾਡੇ ਕੋਲ ਭੇਜ ਰਹੇ ਹਾਂ ਜੀ। ਲਾਡੋ ਰਾਣੀ ਦੇ ਵਿੱਚ ਲਾਡੋ ਰਾਣੀਆਂ ਹੀ ਮਾਸ਼ਾਅੱਲਾ ਪਾਈਆਂ, ਦੋਵੇਂ ਪਹਿਲਾਂ ਜੋਟੀਆਂ ਦੋਨਾਂ ਨੇ, ਹੁਣ ਕੋਈ ਦੋ ਦੋ ਤਿੰਨ ਤਿੰਨ ਦਿਨ ਲੈਂਦੇ ਨਹੀਂ ਹਨ, ਅਤੇ ਮਾਸ਼ਾਅੱਲਾ ਸੋਹਣੀਆਂ ਅਤੇ ਖੂਬਸੂਰਤ ਅਤੇ ਬੜੀਆਂ ਮੁਨਾਸਿਬ ਬਣ ਗਈਆਂ ਬਾਈ ਹੋਰਾਂ ਨੂੰ। ਅੱਲਾਹ ਪਾਕ ਉਹਨਾਂ ਦੇ ਨਸੀਬਾਂ 'ਚ ਕਰੇ ਜੀ। ਇਹ ਸਮੁੰਦਰੀ ਦੀ ਕੋਚ ਹੈ ਜੀ, ਇਹ ਤੁਹਾਡੇ ਸਾਹਮਣੇ ਜੀ, ਇਹ ਨੰਬਰ ਸਾਰਾ ਕੁਛ ਹੈ, ਤਰਪਾਲ ਪੈ ਗਈ ਹੈ। ਅਤੇ ਸਾਰੇ ਬਾਈ ਇੱਕ ਤਾਂ ਦੁਆ ਕਰੋ ਅੱਲਾਹ ਪਾਕ ਖੈਰ ਸਲਾਮਤ, ਸਰਦੀ ਵੀ ਬੜੀ ਹੈ, ਖੈਰ ਸਲਾਮਤ ਪਹੁੰਚਾਵੇ ਇਹਨਾਂ ਬਾਈ ਹੋਰਾਂ ਨੂੰ, ਉਹਨਾਂ ਦੇ ਨਸੀਬ ਵਿੱਚ ਕਰੇ। ਦੋਸਤੋ ਤਾਵਨ ਕਰੋ ਤੁਸੀਂ ਸਾਡੇ ਨਾਲ, ਅਤੇ ਇਨਸ਼ਾਅੱਲਾ ਅਸੀਂ ਤੁਹਾਡੇ ਸ਼ੌਕ ਦੇ ਮੁਤਾਬਿਕ, ਤੁਹਾਡੇ ਜਿਵੇਂ ਦਿਲ ਹੋਈ, ਤੁਹਾਡੀ ਰਾਏ ਦੇ ਮੁਤਾਬਿਕ ਤੁਹਾਨੂੰ ਵਿਖਾਵਾਂਗੇ ਡੰਗਰ, ਅਤੇ ਤੁਹਾਡੇ ਨਾਲ ਤਾਵਨ ਕਰਾਂਗੇ। ਅਤੇ ਸਾਡੇ ਚੈਨਲ ਨੂੰ ਸਭ ਤੋਂ ਪਹਿਲੇ ਤਾਂ ਕਰੋ ਸਬਸਕ੍ਰਾਈਬ, ਅਤੇ ਸਾਰਿਆਂ ਦੋਸਤਾਂ ਨੂੰ ਸ਼ੇਅਰ ਕਰੋ, ਸਾਡੇ ਵਾਸਤੇ ਇਹੀ ਬਹੁਤ ਹੈ। ਅਤੇ ਬੜੀ ਖੁਸ਼ੀ ਹੁੰਦੀ ਜੀ, ਅੱਲਾਹ ਪਾਕ ਤੁਹਾਡੇ ਬਾਈਆਂ ਦੇ ਨਸੀਬਾਂ ਵਿੱਚ ਸੋਹਣੇ ਤੋਂ ਸੋਹਣੇ ਜਿਹੜਾ ਨਾ ਜਾਨਵਰ ਕਰੇ, ਅਤੇ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਜਿੰਨਾ ਹੋ ਸਕਿਆ ਜਾਨਵਰ ਸੋਹਣੇ ਤੁਹਾਨੂੰ ਵਿਖਾਵਾਂਗੇ। ਠੀਕ ਹੈ ਜੀ ਦੋਸਤੋ, ਪਹਿਲੇ ਵੀ ਖੁਦਾ ਹਾਫਿਜ਼ ਆਖ ਚੁੱਕਿਆ, ਲੇਕਿਨ ਇਹ ਦੂਸਰੀ ਵੀਡੀਓ ਜਿਹੜੀ ਹੈ ਨਾ ਬਣਾਉਣੀ ਸੀ, ਨਾਲ ਮਿਕਸ ਕੀਤੀ ਹੈ ਜੀ, ਜੋਟੀ ਦੂਸਰੀ ਜਿਹੜੀ ਪਾਈ ਹੈ, ਅਤੇ ਫਿਰ ਖੁਦਾ ਹਾਫਿਜ਼, ਅੱਲਾਹ ਪਾਕ ਉਹਨਾਂ ਦੇ ਨਸੀਬਾਂ 'ਚ ਕਰੇ। ਅੱਲਾਹ ਹਾਫਿਜ਼ ਜੀ।